ਹਾਂਜੀ ਵੀਰ ਜੀ ਆਪਾਂ ਸੰਦੀਪ ਦੇ ਸ਼ੈੱਡ ਦੇ ਵਿੱਚ ਆ ਚੁੱਕੇ ਹਾਂ ਤੇ ਆਹ ਦੇਖੋ ਵੀਰ ਦਾ ਸ਼ੈੱਡ ਆ ਇਹ ਜਾਲੀ ਲਾਈ ਆ ਆਸੇ ਪਾਸੇ ਜਾਲੀ ਦਿਖਾ ਵੀਰ ਨੇ ਜੇ ਆਪਾਂ ਸ਼ੈੱਡ ਤਿਆਰ ਕਰ ਲੈਂਦੇ ਹਾਂ ਵੀਰੇ ਬਗਲ ਮਾਰਦੇ ਹਾਂ ਬਗਲ ਤੇ ਆਪਾਂ ਨੂੰ ਜਾਲੀ ਲਾ ਲੈਂਦੇ ਹਾਂ ਤਾਂ ਬਹੁਤ ਵਧੀਆ ਗੱਲ ਆ ਵੀਰੇ ਆਪਾਂ ਸੰਦੀਪ ਨਾਲ ਗੱਲ ਕਰ ਵੀਰ ਜੀ ਅੱਜ ਆਪਾਂ ਸੰਦੀਪ ਦੇ ਫਾਰਮ 'ਤੇ ਪਹੁੰਚ ਰਹੇ ਹਾਂ ਜੀ ਸੰਦੀਪ ਦੇ ਫਾਰਮ ਦੀ ਵੀਡੀਓ ਬਣਾਵਾਂਗੇ ਵੀ ਆਹ ਉਹਦੀ ਮੱਕੀ ਹੈ ਜੀ ਫਾਰਮ ਤੋਂ ਪਹਿਲਾਂ ਦੇਖੋ ਜੀ ਇੰਨੀ ਵਧੀਆ ਗਰੋਥ ਕਰੀ ਆ ਮੱਕੀ ਨੇ ਆਹ ਦੇਖੋ ਜੀ ਮੱਕੀ ਅਗਰ ਆਪਾਂ ਡੇਅਰੀ ਫਾਰਮ ਕਰਨਾ ਆਪਾਂ ਨੂੰ ਸਾਈਲੇਜ ਦੀ ਬਹੁਤ ਲੋੜ ਆ ਅਤੇ ਮੱਕੀ ਆਪਾਂ ਨੂੰ ਬੀਜਣੀ ਬਹੁਤ ਜ਼ਰੂਰੀ ਆ ਜੇ ਕਿਸੇ ਨੇ ਨਵਾਂ ਕੰਮ ਵੀ ਕਰਨਾ ਇਹ ਮੱਕੀ ਆ ਉਹਦਾ ਸ਼ੈੱਡ ਆ ਸੰਦੀਪ ਦਾ ਆਪਾਂ ਸੰਦੀਪ ਦੇ ਘਰ ਜਾਂਦੇ ਹਾਂ ਮਿਲਦੇ ਹਾਂ ਸੰਦੀਪ ਨੂੰ ਨਾ ਪੁੱਛਾਂਗੇ ਲੋ ਵੀ ਬਾਈ ਫਾਰਮ 'ਤੇ ਕਿੰਨਾ ਖਰਚਾ ਆ ਆਪਣਾ ਸ਼ੈੱਡ ਬਣਾਉਣ ਦੇ ਉੱਪਰ ਸਾਰਾ ਡਿਟੇਲ ਆਪਾਂ ਉਹਦੇ ਨਾਲ ਗੱਲ ਕਰਾਂਗੇ ਅੱਜ ਆਹ ਸਾਈਲੇਜ ਵਾਲੇ ਟੋਏ ਆ ਜੀ ਨਾਲ ਹੀ ਫਾਰਮ ਦੇ ਉਹਦੇ ਸ਼ੈੱਡ ਦੇ ਨਾਲ ਹੀ ਆ ਸਾਈਲੇਜ ਵਾਲੇ ਟੋਏ ਪਹੁੰਚ ਗਏ ਆਪਾਂ ਸੰਦੀਪ ਦੇ ਫਾਰਮ 'ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਪਾਂ ਸੰਦੀਪ ਦੇ ਫਾਰਮ 'ਤੇ ਵੀਰ ਜੀ ਪਹੁੰਚ ਚੁੱਕੇ ਹਾਂ ਵੀਰਾਂ ਨੇ ਮੈਸੇਜ ਕਰੇ ਸੀ ਬਹੁਤ ਜ਼ਿਆਦਾ ਵੀਰ ਜੀ ਸੰਦੀਪ ਦੇ ਫਾਰਮ ਦੀ ਵੀਡੀਓ ਬਣਾਵੇ ਨਵਾਂ ਫਾਰਮ ਬਣਾਇਆ ਸੰਦੀਪ ਨੇ ਉਹਦੇ ਬਾਰੇ ਆਪਾਂ ਜਾਣਕਾਰੀ ਵੀ ਦੇਵਾਂਗੇ ਆਪਾਂ ਸੰਦੀਪ ਨਾਲ ਗੱਲ ਵੀ ਕਰਦੇ ਹਾਂ ਜੀ ਅੱਜ ਆ ਜਾਓ ਆਪਾਂ ਤੁਹਾਨੂੰ ਪਹਿਲਾਂ ਸੰਦੀਪ ਵੀਰੇ ਨਾਲ ਮਿਲਾਉਂਦੇ ਹਾਂ ਜੀ ਆ ਜਾਓ ਵੀਰ ਜੀ ਸੰਦੀਪ ਜੀ ਕੀ ਹਾਲ ਆ ਵੀਰ ਜੀ ਬਹੁਤ ਵਧੀਆ ਜੀ ਬਾਈ ਕੀ ਹਾਲ ਆ ਝੜਦੀ ਲੋ ਆਹ ਵੀਰ ਸੰਦੀਪ ਆ ਵੀਰੇ ਇਹਨੇ ਫਾਰਮ ਸ਼ੁਰੂ ਕਰਿਆ ਸੀਗਾ 2019 'ਚ ਹਾਂਜੀ 2019 'ਚ ਵੀਰ ਨੇ ਕੰਮ ਸ਼ੁਰੂ ਕਰਿਆ ਸੀ ਮੇਰੇ ਹਿਸਾਬ ਨਾਲ ਉਦੋਂ ਇੱਕ ਗਾਂ ਸੀ ਅਤੇ ਇੱਕ ਮੱਝਾਂ ਸੀ ਵੀਰ ਕੋਲ ਹਾਂਜੀ ਅੱਜ ਆਪਾਂ ਵੀਰ ਨਾਲ ਗੱਲ ਕਰਦੇ ਹਾਂ ਵੀਰ ਨੂੰ ਪੁੱਛਦੇ ਹਾਂ ਲਵੀ ਹੁਣ ਤੱਕ ਦਾ ਸਫ਼ਰ ਤੇਰਾ ਡੈਰੀ ਦਾ ਕਿਵੇਂ ਰਿਹਾ ਵੀਰੇ ਆ ਦੱਸ ਮਾੜਾ ਜਿਹਾ ਹੁਣ ਤੱਕ ਦਾ ਸਫ਼ਰ ਕਿੰਨੇ ਕੁ ਉਤਰਾਅ ਚੜ੍ਹਾਏ ਆ ਆਪਣੇ ਡੈਰੀ ਦੇ ਵਿੱਚ ਕਿਵੇਂ ਰਿਹਾ ਹਾਂਜੀ ਹਾਂ ਉਤਰਾਅ ਚੜ੍ਹਾਅ ਤਾਂ ਆਪਾਂ ਕੋਈ ਵੀ ਕਿੱਤਾ ਕਰਕੇ ਜੀ ਉਤਰਾਅ ਚੜ੍ਹਾਅ ਤਾਂ ਆਉਂਦੀ ਰਹਿੰਦੀ ਹੈ ਜੀ ਛੋਟੇ ਮੋਟੇ ਅਤੇ ਬਾਕੀ ਹੁਣ ਤੱਕ ਦਾ ਸਫ਼ਰ ਤੁਹਾਡੇ ਸਾਹਮਣੇ ਆ ਜੀ ਜਿਸ ਤਰ੍ਹਾਂ ਆਪਾਂ ਅੱਗੇ ਨੂੰ ਪਹਿਲਾਂ ਬਹੁਤ ਜ਼ਿਆਦਾ ਤਰੱਕੀ ਕੀਤੀ ਹੈਗੀ ਦੁੱਧ 'ਚ ਵੀ ਵਾਧਾ ਕੀਤਾ ਐਨੀਮਲ 'ਚ ਵੀ ਵਾਧਾ ਕੀਤਾ ਤੇ ਐਨੀਮਲ ਨੂੰ ਸ਼ੈੱਡ ਵੀ ਜਗ੍ਹਾ ਵੀ ਪਾ ਕੇ ਦਿੱਤੀ ਹੈ ਬਿਲਕੁਲ ਬਿਲਕੁਲ ਹੁਣ ਤੱਕ ਦਾ ਸਫ਼ਰ ਦੇਖ ਕੇ ਤਾਂ ਬਹੁਤ ਹੀ ਵਧੀਆ ਰਿਹਾ ਜੀ ਆਪਣਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਆਇਆ ਵੀਰ ਮਨ ਖੁਸ਼ ਹੁੰਦਾ ਜਦੋਂ ਕੋਈ ਵੀਰ ਤਰੱਕੀ ਕਰਦਾ ਵੀਰ ਨੇ ਤਰੱਕੀ ਕਰੀ ਆ ਬਾਕੀ ਇਕੱਲਾ ਹਰ ਸਾਲ ਆਪਾਂ ਦੁੱਧ ਤਾਂ ਵਧਾਉਣਾ ਹੀ ਵਧਾਉਣਾ ਦੁੱਧ ਦੇ ਨਾਲ ਜਦੋਂ ਆਪਣੇ ਐਨੀਮਲ ਵੱਧਦੇ ਆ ਉਹ ਆਪਣੀ ਇੱਕ ਤਰ੍ਹਾਂ ਦੀ ਪ੍ਰੋਪਰਟੀ ਆ ਜਿਵੇਂ ਆਪਾਂ ਕਹਿੰਦੇ ਨਾ ਬੱਟ ਨਾਲ ਆਪਣਾ ਕਿੱਲਾ ਲੈ ਲਿਆ ਯਾਰ ਬੈ ਲੈ ਲਿਆ ਉਵੇਂ ਜਦੋਂ ਐਨੀਮਲ ਨਾਲ ਐਨੀਮਲ ਜੁੜ ਕੇ ਆਪਣੇ ਕੋਲ ਐਨੀਮਲ ਵਧੀ ਜਾਂਦੇ ਆ ਉਹ ਇੱਕ ਤਰ੍ਹਾਂ ਨਾਲ ਆਪਣੇ ਫਾਰਮ ਦੀ ਪ੍ਰੋਪਰਟੀ ਹੋ ਜਾਂਦੀ ਆ ਬਾਈ ਫਿਰ ਉਹਨਾਂ ਤੋਂ ਆਪਾਂ ਮਿਲਕ ਦੇ ਥਰੂ ਆਮਦਨ ਪ੍ਰਾਪਤ ਕਰਦੇ ਹਾਂ ਹਰ ਸਾਲ ਵੀਰ ਨੇ ਆਮਦਨ ਵਧਾਈ ਆ ਦੁੱਧ ਇਸ ਵਾਰ ਵੀਰ ਨੇ ਵਧਾਈ ਆ ਹਾਂਜੀ ਹਾਂ ਦੁੱਧ ਆਪਣੇ ਕੋਲ ਵਧਿਆ ਜੀ ਇਸ ਸਾਲ ਜੀ ਆਪਣੇ ਕੋਲ 2 ਕੁਇੰਟਲ 20 ਕਿਲੋ ਸੀਗਾ ਸਰਦੀ ਜੀ ਅਤੇ ਹੁਣ 1 ਕੁਇੰਟਲ 85 ਕਿਲੋ ਹੋਣਾ ਜੀ ਇਸ ਟਾਈਮ ਦੇਖੋ ਵੀਰ ਕੋਲ ਹੁਣ ਵੀ ਦੁੱਧ 1 ਕੁਇੰਟਲ 85 ਕਿਲੋ ਚੱਲ ਰਿਹਾ ਜੇ ਆਪਾਂ ਮੋਟਾ ਮੋਟਾ ਜਿਹਾ ਲਾਈਏ ਯਾਰ ਕਿੰਨੇ ਕੁ ਪੈਸੇ ਬਚ ਜਾਂਦੇ ਆ ਆਮ ਡੈਰੀ ਫਾਰਮ ਜਗ੍ਹਾ ਕਹਿੰਦਾ ਯਾਰ ਖਰਚਾ ਬਹੁਤ ਹੋ ਜਾਂਦਾ ਹੈਗਾ ਇਹ ਵੀ ਦੱਸ ਦੇ ਮਾੜਾ ਜਿਹਾ ਤੂੰ ਹਾਂਜੀ ਹਾਂ ਹੁਣ ਜਿਵੇਂ ਦੇਖ ਗਏ ਜੀ ਆਪਣਾ 15 ਦਿਨਾਂ ਦੀ ਆਪਾਂ ਨੂੰ ਜੀ 90-95 ਹਜ਼ਾਰ ਰੁਪਈਆ 15 ਆ ਰਹੀ ਹੈ ਜੀ ਤੇ ਉਹਦੇ ਵਿੱਚੋਂ ਆਪਣਾ 40% ਆਪਣੀ ਬਚਦਾ ਜੀ ਤੇ 60% ਆਪਣੀ ਖਰਚ ਹੋ ਜਾਂਦਾ ਜੀ ਠੀਕ ਹੈ ਤੇ ਹਾਂਜੀ ਵੀਰ ਨੇ ਦੱਸਿਆ ਆਪਣਾ ਲਵੀ ਬਈ 60 ਪੈਸੇ ਖਰਚਾ ਹੋ ਜਾਂਦਾ 40 ਪੈਸੇ ਬਚਤ ਹੋ ਜਾਂਦੀ ਆ ਬਾਕੀ ਜੇ ਆਪਾਂ ਬੱਚਿਆਂ 'ਤੇ ਹੋਰ ਵੀ ਖਰਚਾ ਲਾ ਲਈਏ ਜੇ ਆਪਾਂ 65 ਪੈਸੇ ਵੀ ਖਰਚਾ ਕਰ ਲੈਂਦੇ ਮਗਰ ਆਪਣੇ ਐਨੀਮਲ ਤਿਆਰ ਹੋ ਜਾਂਦੇ ਆਪਾਂ ਨੂੰ ਕੋਈ ਨੁਕਸਾਨ ਨਹੀਂ ਵੀਰੇ ਹਰ ਸਾਲ ਆਪਣੇ 2-3 ਬੱਚਿਆਂ ਨਾਲ ਰਲ ਜਾਂਦੇ ਹੈਗੀਆਂ ਅਤੇ ਹੁਣ ਵੀਰ ਦੇ ਫਾਰਮ ਜਾਂਦੇ ਹਾਂ ਨਾ ਉੱਥੇ ਗਾਵਾਂ ਬਾਰੇ ਲਵੀ ਕਿੰਨੀਆਂ ਗਾਵਾਂ ਇਸ ਵਾਰ ਰਲੀਆਂ ਸਟੈਪ ਬਾਏ ਸਟੈਪ ਨਾਲ ਤਾਂ ਆਪਾਂ ਫਾਰਮ ਦੇਖਾਂ ਐਂ ਲਵੀ ਕਿਵੇਂ ਬਣਾਇਆ ਵੀਰ ਨੇ ਕਿੰਨਾ ਖਰਚਾ ਕਰਿਆ ਆਹ ਵੀਰ ਆਪਾਂ ਨੂੰ ਫਾਰਮ 'ਤੇ ਲੈ ਕੇ ਜਾਂਦੇ ਹਾਂਜੀ ਆਹ ਆ ਗਿਆ ਵੀਰ ਦਾ ਫਾਰਮ ਦਿਖਾ ਦੇ ਵੀਰੇ ਫਾਰਮ ਯਾਰ ਇਹ ਨਵਾਂ ਸ਼ੈੱਡ ਪਾਇਆ ਵੀਰ ਨੇ ਇਸ ਵਾਰ ਆਪਾਂ ਗੇਟ 'ਤੇ ਆ ਚੁੱਕੇ ਹਾਂ ਚਲੋ ਆਓ ਵੀਰ ਜੀ ਚੱਲਦੇ ਹਾਂ ਅੰਦਰ ਦੇਖਦੇ ਹਾਂ ਆਪਾਂ ਐਨੀਮਲ ਵੀ ਦੇਖਦੇ ਹਾਂ ਉਹਦੇ ਨਾਲ ਸ਼ੈੱਡ ਵੀ ਆ ਜਾਓ ਵੀਰ ਯਾਰ ਆ ਗੇਟ ਲਾ ਦੇ ਵੀਰੇ ਹਾਂਜੀ ਵੀਰ ਜੀ ਆਪਾਂ ਸੰਦੀਪ ਦੇ ਸ਼ੈੱਡ ਦੇ ਵਿੱਚ ਆ ਚੁੱਕੇ ਹਾਂ ਅਤੇ ਆਹ ਦੇਖੋ ਵੀਰ ਦਾ ਸ਼ੈੱਡ ਆ ਇਹ ਜਾਲੀ ਲਾਈ ਆ ਆਸੇ ਪਾਸੇ ਜਾਲੀ ਦਿਖਾ ਵੀਰ ਨੇ ਜੇ ਆਪਾਂ ਸ਼ੈੱਡ ਤਿਆਰ ਕਰ ਲੈਂਦੇ ਹਾਂ ਵੀਰੇ ਬਗਲ ਮਾਰਦੇ ਹਾਂ ਬਗਲ ਤੇ ਆਪਾਂ ਨੂੰ ਜਾਲੀ ਲਾ ਲੈਂਦੇ ਹਾਂ ਤਾਂ ਬਹੁਤ ਵਧੀਆ ਗੱਲ ਆ ਵੀਰੇ ਆਪਾਂ ਸੰਦੀਪ ਨਾਲ ਗੱਲ ਕਰਦੇ ਹਾਂ ਆਪਾਂ ਉਹਨੂੰ ਪੁੱਛਦੇ ਹਾਂ ਵੀ ਕਿੰਨੇ ਕੁ ਰੁਪਏ ਦੀ ਆਪਾਂ ਨੂੰ ਜਾਲੀ ਪਈ ਅਤੇ ਕਿੰਨਾ ਖਰਚਾ ਆਇਆ ਐਂ ਵੀਰ ਸੰਦੀਪ ਇੱਕ ਮਿੰਟ ਯਾਰ ਤੂੰ ਵੀਰੇ ਐਂ ਦੱਸ ਯਾਰ ਹੁਣ ਤੂੰ ਨਵਾਂ ਸ਼ੈੱਡ ਬਣਾਇਆ ਪਹਿਲਾਂ ਤਾਂ ਤੈਨੂੰ ਵਧਾਈਆਂ ਨਵੀਂ ਸ਼ੈੱਡ ਦੀਆਂ ਤੁਹਾਨੂੰ ਬਹੁਤ ਵਧਾਈਆਂ ਜੀ ਅਤੇ ਕਿੰਨਾ ਕੁ ਖਰਚਾ ਆ ਗਿਆ ਆਪਣਾ ਕਿੰਨਾ ਇਹ ਜਿਹੜਾ ਤੂੰ ਜਗ੍ਹਾ ਛੱਤੀ ਆ ਇਹ ਸ਼ੈੱਡ ਕਿੰਨੀ ਇਹ ਹੈਗੀ ਆ ਜਗ੍ਹਾ ਇਹ ਜਗ੍ਹਾ ਹੈਗੀ ਜੀ ਸ਼ੈੱਡ ਦੀ 65x45 ਜੀ 65 ਫੁੱਟ ਲਵਾਈ ਅਤੇ 45 ਫੁੱਟ ਚੜਾਈ ਆ ਜੀ ਠੀਕ ਹੈ ਵੀਰੇ ਹਾਂਜੀ ਅਤੇ ਕਿੰਨਾ ਖਰਚਾ ਆ ਗਿਆ ਵੀਰੇ ਸ਼ੈੱਡ 'ਤੇ
ਸ਼ੈੱਡ ਸ਼ੈੱਡ ਤੇ ਹੀ ਆਪਣਾ 5 ਲੱਖ ਪਲੱਸ ਹੀ ਆਇਆ ਜੀ ਖਰਚ ਵਿੱਚੇ ਆਹ ਜਾਲੀ ਵਿੱਚੇ ਹਾਂ ਜੀ ਵਿੱਚੇ ਆਪਣਾ ਜਾਲੀ ਜੀ ਵਿੱਚੇ ਪ੍ਰੋਪਰ ਤਿਆਰ ਹੋਣ ਤੇ ਜੀ ਦੇਖੋ ਜੀ 5 ਲੱਖ ਪਲੱਸ ਖਰਚਾ ਆਈ ਜਾਂਦਾ ਕਿਉਂ ਮੇਰੇ ਹਿਸਾਬ ਨਾਲ ਜਦੋਂ ਤੂੰ ਹੁਣ ਤਾਂ ਥੋੜਾ ਲੋਹਾ ਮਹਿੰਗਾ ਹੋਇਆ ਜਦੋਂ ਤੂੰ ਸ਼ੈੱਡ ਬਣਾਇਆ ਸੀ ਲੋਹੇ ਦਾ ਉਦੋਂ ਲੋਹੇ ਦਾ ਹੀ 85 ਰੁਪਏ ਰੇਟ ਸੀਗਾ ਹਾਂ 85 ਰੁਪਏ ਲੋਹੇ ਦਾ ਰੇਟ ਸੀ ਹੁਣ ਥੋੜਾ 72 ਰੁਪਏ 70 ਰੁਪਏ ਦਾ ਰੇਟ ਹੋਇਆ ਹੈਗਾ ਬਾਕੀ ਵੀਰੇ ਹਾਈਟ ਕਿੰਨੀ ਕੁ ਦਿੱਤੀ ਆਪਣੇ ਸ਼ੈੱਡ ਨੂੰ ਇਹ ਤੂੰ ਜਿਹੜੀ ਹਾਈਟ ਆਈ ਹੈ ਜੀ 25 ਫੁੱਟ ਉਚਾਈ ਦਿੱਤੀ ਹੈ ਜੀ ਆਪਾਂ ਸੈਂਟਰ ਦੇ ਵਿੱਚ ਹਾਂਜੀ ਠੀਕ ਹੈ ਇਹ ਸੈਂਟਰ ਦੇ ਵਿੱਚੋਂ ਵੀਰ ਨੇ 25 ਫੁੱਟ ਉਚਾਈ ਦਿੱਤੀ ਆ ਤੇ ਜਿਹੜੇ ਇਹਦੇ ਪਿੱਲਰ ਲਾਏ ਹੋਏ ਆ ਸਿਮੈਂਟ ਦੇ ਵਿੱਚ ਵੀਰੇ ਇਹ 18-18 ਫੁੱਟ ਦੀ ਦੂਰੀ ਤੇ ਇੱਕ ਇੱਕ ਪਿੱਲਰ ਆ 18 ਫੁੱਟ ਤੋਂ ਬਾਅਦ ਫੇਰ 18 ਫੁੱਟ ਦੀ 18-18 ਫੁੱਟ ਦੀ ਤੇ 4 ਪਿੱਲਰ ਲਾਏ ਹੋਏ ਆ ਵੀਰ ਨੇ ਤੇ ਆਹ ਜਿੱਥੇ ਆਪਾਂ ਖੜੇ ਆ ਇਹ ਫਰਸ਼ ਲਾਇਆ ਹੋਇਆ ਐਨੀਮਲ ਵਾਸਤੇ ਪਸ਼ੂਆਂ ਦੇ ਖੜ ਕੇ ਇੱਧਰ ਖੁਰਨੀ ਬਣਾਈ ਹੋਈ ਆ ਵੀਰ ਨੇ ਆਹ ਦੇਖੋ ਇੱਧਰ ਖੁਰਨੀ ਦੇ ਪਰਲੇ ਪਾਸੇ ਜਗ੍ਹਾ ਛੱਡੀ ਹੋਈ ਆ ਇੱਧਰ ਦੀ ਦਿਖਾ ਦੇ ਵੀਰੇ ਇਹਦੇ ਐਂਕਰ ਦੀ ਉਹ ਖੁੱਲੀ ਜਗ੍ਹਾ ਛੱਡੀ ਵੀ ਉੱਥੇ ਵੀਰ ਪੱਠੇ ਰਲਾ ਲੈਂਦਾ ਗਾ ਉਦੋਂ ਬਾਅਦ ਜਦੋਂ ਪਾਉਣੇ ਹੁੰਦੇ ਆ ਪਸ਼ੂਆਂ ਨੂੰ ਪਾ ਦਿੰਦਾ ਜਿਵੇਂ ਸੁਬਾਹ ਰਲਾ ਲਏ ਪੱਠੇ ਸ਼ਾਮ ਨੂੰ ਪਾਤੇ ਜਾਂ ਸ਼ਾਮ ਨੂੰ ਰਲਾ ਲਏ ਸੁਬਾਹ ਪਾਤੇ ਤੇ ਪੱਠੇ ਇੱਕ ਟਾਈਮ ਉਹਦੇ ਅਕੋਰਡਿੰਗ ਆਹ ਦੇਖੋ ਜੀ ਆਹ ਜਗ੍ਹਾ ਜਿਹੜੀ ਇੱਥੇ ਵੀ ਫਰਸ਼ ਲਾਇਆ ਹੋਇਆ ਵੀਰ ਨੇ ਇਹ ਵੀ ਆਪਣਾ ਵੀਰ ਨੇ ਜਿਹੜਾ ਪੂਰਾ ਸ਼ੈੱਡ ਦੀ ਡਾਇਰੈਕਸ਼ਨ ਵੀ ਦਿੱਤੀ ਹੈ ਜਿਹੜੀ ਚੜ੍ਹਦੇ ਸ਼ਿਫਤੇ ਵੱਲ ਦਿੱਤੀ ਆ ਉਹ ਜਿਵੇਂ ਆਪਣੇ ਡੈਲੀ ਡਿਪਾਰਟਮੈਂਟ ਬੋਰਡ ਵਾਲੇ ਕਹਿੰਦੇ ਆ ਉਹਦੇ ਅਕੋਰਡਿੰਗ ਆਪਾਂ ਨੂੰ ਸ਼ੈੱਡ ਬਣਾਉਣੇ ਚਾਹੀਦੇ ਆ ਇਹ ਸ਼ੈੱਡ ਵੀ ਉਹਦੇ ਅਕੋਰਡਿੰਗ ਬਣਿਆਗਾ ਅਤੇ ਆਹ ਜਿਹੜਾ ਜਗ੍ਹਾ ਜਿਹੜੀ ਇੱਥੇ ਦੱਸੀ ਹੈ ਇਹ ਵੀ 7 ਫੁੱਟ ਜਗ੍ਹਾ ਐਨੀਮਲ ਦੇ ਖੜ੍ਹਨ ਵਾਸਤੇ ਜਗ੍ਹਾ ਇਦੂ ਬਾਅਦ ਇਹਨੇ ਆਹ ਫੁੱਟ ਦੀ ਇਹਨੇ ਆਪਣੀ ਮਲ ਮੂਤਰ ਵਾਸਤੇ ਨਾਲ ਹੀ ਉਹ ਰੱਖੀ ਆ ਇਦੂ ਬਾਅਦ ਆਹ ਜਗ੍ਹਾ ਹੈਗੀ ਇੱਥੇ ਗੋਬਰ ਵਗੈਰਾ ਖਿੱਚ ਕੇ ਕਰਨਾ 2 ਫੁੱਟ ਜਗ੍ਹਾ ਪਿੱਛੇ ਛੱਡੀ ਹੋਈ ਆ 2.5 ਫੁੱਟ ਇੱਥੇ ਜੇ ਧਾਰਾਂ ਵਾਲੀ ਮਸ਼ੀਨ ਵੀ ਲਾਉਣੀ ਆ ਕੱਲ੍ਹ ਨੂੰ ਇੱਥੇ ਡਰੰਮ ਵਗੈਰਾ ਟਿਕ ਜਾਂਦੇ ਆ ਪੂਰਾ ਸਿਸਟਮ ਨਾਲ ਵੀਰ ਨੇ ਸਾਰਾ ਪ੍ਰੋਗਰਾਮ ਤਿਆਰ ਕਰਿਆ ਇੱਥੇ ਆਪਣੇ ਸ਼ੈੱਡ ਦੇ ਵਿੱਚ ਅਤੇ ਹੁਣ ਵੀਰ ਆਪਾਂ ਨੂੰ ਇੱਕ ਪਾਣੀ ਵਾਲਾ ਬੰਦੋਬਸਤ ਵੀ ਦੇਖ ਲਈਏ ਵੀਰ ਨੇ ਜਿੱਥੇ ਪਾਣੀ ਪੀਣ ਦਾ ਪ੍ਰਬੰਧ ਕਰਾਇਆ ਐਨੀਮਲ ਦੇ ਕਿਉਂ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਡੇਲੀ ਚੇਂਜ ਹੋਣਾ ਚਾਹੀਦਾ ਪਾਣੀ ਜਿਹੜਾ ਆਪਾਂ ਐਨੀਮਲ ਨੂੰ ਪਿਆਉਣਾ ਗਾ ਐਂ ਨਹੀਂ ਹੈਗਾ ਇੱਕ ਥਾਂ 'ਤੇ ਖੜ੍ਹਾ ਪਾਣੀ ਆਪਾਂ ਰੋਜ਼ ਉੱਥੋਂ ਹੀ ਪਾਣੀ ਪਿਆਈ ਜਾਈਏ ਆਓ ਆਪਾਂ ਦੇਖਦੇ ਵੀਰ ਨੇ ਕਿੱਥੇ ਸਿਸਟਮ ਲਾਇਆ ਪਾਣੀ ਵਾਲਾ ਹਾਂਜੀ ਆਹ ਇਹਨੇ ਵੀਰ ਨੇ ਇੱਥੇ ਪਾਣੀ ਦਾ ਇੰਤਜ਼ਾਮ ਕੀਤਾ ਐਨੀਮਲ ਵਾਸਤੇ ਆ ਢੋਲ ਵੱਢ ਕੇ ਨਾ ਪਲਾਸਟਿਕ ਦਾ ਢੋਲ ਦੀਆਂ 2 ਬਣ ਜਾਂਦੀਆਂ ਇਹ ਪਾਣੀ ਵਾਲੀਆਂ ਟੈਂਕੀਆਂ ਉੱਪਰ ਬੋਲ ਲਾਈ ਇਹਨੇ ਇਹ ਜਿੰਨਾ ਐਨੀਮਲ ਪਾਣੀ ਪੀ ਲੈਂਦਾ ਗਾ ਉਨਾ ਪਾਣੀ ਹੋਰ ਆਪਣੇ ਆਪ ਇਹਦੇ ਸਟੋਰ ਹੋ ਜਾਂਦਾ ਗਾ ਪਾਣੀ ਨਹੀਂ ਮੁੱਕਦਾ ਉੱਧਰ ਇਹਦੇ ਟੈਂਕੀ ਲਾਈ ਹੋਈ ਆ ਘਰੇ ਭਰ ਦਿੰਦੇ ਆ ਅਤੇ ਇੱਥੇ ਪਾਣੀ ਆਈ ਜਾਂਦਾ ਗਾ ਇਹਦਾ ਨਾਲ ਇੱਥੇ ਫੋਕਰ ਵੀ ਲਾਇਆ ਹੋਇਆ ਵੀਰ ਨੇ ਆ ਦੇਖੋ ਸਾਰੇ ਇੱਥੇ ਸਾਰਾ ਸਿਸਟਮ ਵੀਰ ਨੇ ਆਪਦੇ ਸ਼ੈੱਡ ਵਿੱਚ ਕਰਿਆ ਹੋਇਆ ਪੂਰਾ ਜਿੰਨੀ ਕੁ ਐਨੀਮਲ ਨੂੰ ਇਹ ਜਿੰਨਾ ਕੁ ਐਨੀਮਲ ਨੂੰ ਆਪਾਂ ਸੌਖਾ ਰੱਖ ਲਾਂਗੇ ਐਚ ਐਫ ਨੂੰ ਗਰਮੀ ਤੋਂ ਬਚਾ ਲਾਂਗੇ ਉਨਾ ਹੀ ਆਪਾਂ ਦੁੱਧ ਜ਼ਿਆਦਾ ਪ੍ਰਾਪਤ ਕਰ ਸਕਦੇ ਹਾਂ ਇੱਧਰ ਸਾਈਡ 'ਤੇ ਮੱਕੀ ਆ ਵੀਰ ਦੀ ਮੱਕੀ ਦੀ ਗਰੋਥ ਵੀ ਦੇਖੋ ਵੀਰੇ ਯਾਰ ਜੇ ਬੰਦਾ ਕੋਈ ਸ਼ੌਂਕ ਨਾਲ ਕੰਮ ਕਰਦਾ ਗਾ ਜਦੋਂ ਆਪਾਂ ਨੂੰ ਡੇਅਰੀ 'ਚ 4 ਪੈਸੇ ਬਚਦੇ ਆ ਵੀਰ ਜੇ ਆਪਣਾ ਚੰਗਾ ਦੁੱਧ ਪੀਂਦਾ ਆਪਣਾ ਦੁੱਧ ਪੈਂਦਾ ਹੋਵੇ ਚੰਗੀ ਤਰ੍ਹਾਂ 4 ਪੈਸੇ ਆਪਾਂ ਨੂੰ ਆਉਂਦੇ ਆ ਡੇਅਰੀ ਦੇ ਵਿੱਚ ਫਿਰ ਆਪਣਾ ਮਨ ਵੀ ਲੱਗਦਾ ਕੰਮ ਕਰਨ ਨੂੰ ਵੀਰੇ ਹੁਣ ਵੀਰ ਨੇ ਇੰਨੀ ਮਿਹਨਤ ਕਰੀ ਸੀ ਨਾ ਤਾਂ ਵੀਰ ਕੋਲੇ ਮੈਂ ਗੱਲ ਕਰਦਾ ਵੀਰ ਨਾਲ ਹੁਣੀ ਗੱਲ ਕਰਾਉਣਾ ਸੰਦੀਪੁਰੇ ਆ ਗੱਲ ਸੁਣ ਜਿਹੜਾ ਹਾਂਜੀ ਇੱਕ ਐਂ ਦੱਸ ਯਾਰ ਵੀਰ 2019 ਤੋਂ ਕੰਮ ਸ਼ੁਰੂ ਕਰਿਆ ਹਾਂਜੀ 2019 ਤੋਂ ਤੇ ਆਪਣੇ ਐਨੀਮਲ ਰਿਪੀਟ ਕਿੰਨੇ ਹੋਏ ਆ ਆਪਣੇ ਐਨੀਮਲ ਰਿਪੀਟ ਤਾਂ ਬਹੁਤ ਘੱਟ ਹੋਏ ਐਨੀਮਲ ਆਪਣੇ ਕਿਉਂਕਿ ਇੱਕ ਤਾਂ ਤੁਸੀਂ ਤੁਹਾਡੀ ਗਾਈਡਨੈਂਸ ਦੀ ਹੇਠ ਆਪਾਂ ਚੱਲਦੇ ਹਾਂ ਜੀ ਆਪਾਂ ਤੁਹਾਨੂੰ ਗਾਈਡ ਕਰਦੇ ਰਹਿੰਦੇ ਹੋ ਤੇ ਬਾਕੀ ਮੰਨ ਲਓ ਇੱਕ ਤਾਂ ਪਸ਼ੂ ਜਿਵੇਂ ਇੱਕ ਦੋ ਵਾਰ ਰਿਪੀਟ ਕਰ ਜਾਂਦਾ ਜੀ ਉਹਨੂੰ ਆਪਾਂ ਰਿਪੀਟ ਨਹੀਂ ਕਹਿ ਸਕਦੇ ਆਪਾਂ ਇਹਨੇ ਤਾਂ ਹਰੇਕ ਫਾਰਮ ਦੇ ਹੁੰਦੀ ਹੈ ਜੀ ਜੇ ਇੱਕ ਦੋ ਟੀਕੇ ਐਨੀਮਲ ਕਈ ਵਾਰ ਲੈ ਜਾਂਦਾ ਫਿਰ ਰਹਿ ਜਾਂਦਾ ਕਿਤੇ ਐਂ ਤਾਂ ਨਹੀਂ ਹੋਇਆ ਵੀ ਆਪਣਾ ਐਨੀਮਲ ਗੱਭਣ ਹੋਇਆ ਹੀ ਨਹੀਂ 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 ਇਹ ਆਪਣਾ ਕਦੇ ਵੀ ਨਹੀਂ ਹੋਇਆ ਜੀ ਤਾਂ ਵੀਰ ਪ੍ਰੋਪਰ ਫੀਡਿੰਗ ਪ੍ਰੋਪਰ ਮਿਲਣ ਮਿਕਸਚਰ ਵਗੈਰਾ ਫੀਡ ਕਿਹੜੀ ਵਰਤਦੇ ਹੋ ਜ਼ਿਆਦਾਤਰ ਵੀ ਨੇ ਫੀਡ ਹੀ ਆਪਾਂ ਅਸੀਸ ਵੀ ਵਰਤਦੇ ਹੁਣ ਵੀ ਸੁਪਰ ਪਾਵਰ ਜੀ ਠੀਕ ਹੈ ਵੀਰ ਅਸ਼ੀਸ਼ ਦੀ ਫੀਡ ਵੱਜਦਾ ਆਪਦੇ ਫਾਰਮ ਤੇ ਜਿਹੜੀ ਨੈਸਲੇ ਵੱਲੋਂ ਰਿਕਮੈਂਡ ਹੈਗੀ ਅਸ਼ੀਸ਼ ਫੀਡ ਤੇ ਮਿਲਣ ਮਿਕਸਚਰ ਵੀ ਵੱਖਰਾ ਪਾਉਣੇ ਹੋਣਗੇ ਹਾਂ ਜੀ ਮਿਲਣ ਵਿੱਚ ਵੱਖਰਾ ਪਾਉਣੇ ਆ ਜੀ ਆਪਾਂ ਠੀਕ ਆ ਜੇ ਆਪਾਂ ਇਹੀ ਵਧੀਆ ਫੀਡ ਵਧੀਆ ਮਿਲਣ ਮਿਕਸਚਰ ਪਾਉਣੇ ਆ ਤਾਂ ਆਪਣੇ ਰਿਪੀਟਿੰਗ ਦੀ ਪ੍ਰੋਬਲਮ 90% ਖਤਮ ਹੋ ਜਾਂਦੀ ਹੈ ਵੀਰੇ ਜੇ ਕਿਸੇ ਐਨੀਮਲ ਦੇ ਇਨਫੈਕਸ਼ਨ ਵਗੈਰਾ ਰਹਿ ਗਈ ਉੱਥੇ ਤਾਂ ਆ ਸਕਦੀ ਆ ਰਿਪੀਟ ਪਰ ਵੈਸੇ ਬਹੁਤ ਘੱਟ ਆਊ ਚਾਂਸ ਹੁਣ ਵੀਰ ਕੋਲੇ ਇਸ ਵਾਰ ਕਿੰਨੀਆਂ ਗਾਵਾਂ ਦੁੱਧ ਤੇ ਆ ਇਸ ਵਾਰ ਦੀ 7 ਗਾਵਾਂ ਆਪਣੇ ਕੋਲ ਦੁੱਧ ਤੇ ਆ ਜੀ ਹੁਣ ਦੇਖੋ ਵੀਰ ਕੋਲੇ 7 ਗਾਵਾਂ ਦੁੱਧ ਤੇ ਇੱਕ ਮੱਝਾ ਦੁੱਧ ਤੇ ਵੀਰ ਕੋਲੇ ਤੇ ਇਸ ਟਾਈਮ ਗਰਮੀ ਦੇ ਵਿੱਚ 1 ਕੁਇੰਟਲ 85 ਕਿਲੋ ਦੁੱਧ ਚੱਲ ਰਿਹਾ ਵੀਰ ਦਾ ਬਹੁਤ ਵਧੀਆ ਐਵਰੇਜ ਆ ਰਹੀ ਹੈ ਇਹਦੇ ਫਾਰਮ ਦੀ ਵੀਰ ਦੇ ਵੀ ਤੇ ਤਾਂ ਹੀ ਵੀਰ ਦੇ ਹੁਣ ਮਗਰ ਬੱਚਿਆਂ ਕਿੰਨੀਆਂ ਕੁ ਬਾਈ ਗੱਭਣ ਹੋ ਗਈਆਂ ਆਪਣੇ ਕੋਲ ਜੀ ਗੱਭਣ ਹੀ 4 ਬੱਚੀਆਂ ਆਪਣੇ ਕੋਲ ਗੱਭਣ ਹੋ ਗਈਆਂ ਜੀ ਤੁਸੀਂ ਐਂ ਦੇਖੋ 4 ਬੱਚੀਆਂ ਮਗਰ ਗੱਭਣਾ 7 ਹੀ ਗਾਵਾਂ ਗੱਭਣਾ 7 ਹੀ ਗਾਵਾਂ ਗੱਭਣਾ ਜੀ ਅਗਲੀ ਹੁਣ ਸਰਦੀ ਜਾਂ ਅਗਸਤ ਦੇ ਵਿੱਚ ਇਹਦੇ ਐਨੀਮਲ ਸੂਆ ਚੱਕਣਗੇ ਆ 11ਵੇਂ 12ਵੇਂ ਮਹੀਨੇ ਜ਼ਿਆਦਾਤਰ ਉਦੋਂ ਨਵੰਬਰ ਦਸੰਬਰ ਦੇ ਵਿੱਚ ਐਨੀਮਲਾਂ ਨੇ ਸੂਣਾ ਜ਼ਿਆਦਾਤਰ 11 ਦੇ 11 ਐਨੀਮਲ ਇਹਦੇ ਦੁਆਰਾ ਬੱਚਾ ਦੇਣਗੇ ਅਤੇ ਦੁਆਰਾ ਫਿਰ ਦੁੱਧ ਸ਼ੁਰੂ ਹੋ ਜੂ ਵੀਰ ਕੋਲੇ ਬਾਕੀ ਇੱਕ ਹੋਰ ਗੱਲ ਦੱਸਦੇ ਹਾਂ ਵੀਰ ਦੀ ਆਪਾਂ ਜਿਹੜੀ ਕਿਰਸ ਕਰ ਲੈਂਦੇ ਹੁੰਦੇ ਹਾਂ ਸੀਮਨ ਦੇ ਉੱਪਰ ਵੀਰ ਨੇ ਕਿਰਸ ਨਹੀਂ ਕਰੀ ਮੇਰੇ ਹੱਥੀਂ ਸੀਮਨ ਲੱਗਿਆ ਹੋਇਆ ਸਾਰਾ ਕਮ ਸੇ ਕਮ ਵੀਰ ਨੇ 66 ਸੀਮਨ ਲਾਇਆ ਸਾਰਾ ਹਾਂ
ਤੇ ਸਾਰਾ ਸੈਕਸਡ ਲਾਇਆਗਾ ਸੈਕਸਡ ਇੱਕ ਸਟਰਾ ਵੀ ਨਹੀਂ ਡਬਲ ਸਟਰਾ ਲਾਇਆ ਹਰੇਕ ਐਨੀਮਲ ਦੇ ਮੇਰੇ ਆਪਦੇ ਕੰਟੇਨਰ ਜੀ ਇਹਨੇ ਸੀਮਨ ਰੱਖਿਆ ਸੀਗਾ ਲਿਆ ਕੇ ਅਤੇ ਉਦੋਂ ਇਕੱਠਾ ਵੀਰ ਨੇ ਸੀਮਨ 25-30 ਹਜ਼ਾਰ ਦਾ ਸੀਮਨ ਲਿਆ ਸੀ ਵੀਰ ਨੇ ਜੇ ਆਪਾਂ ਸੀਮਨ ਦੇ ਚੰਗੇ ਪੈਸੇ ਇਨਵੈਸਟਮੈਂਟ ਕਰ ਦਿੰਦੇ ਆ ਵੀਰੇ ਜੇ ਕੋਈ ਤੁਹਾਡੇ ਡਾਕਟਰ ਨਾਲ ਚੰਗੀ ਲਿਹਾਜ ਹੈਗੀ ਆ ਜਾਂ ਕੋਈ ਫਾਰਮ ਵਾਲੇ ਨਾਲ ਜਿਹੜਾ ਸੀਮਨ ਰੱਖਦਾ ਗਾ ਉਹਦੇ ਕੋਲ ਤੁਸੀਂ ਉਹਨੂੰ ਪਹਿਲਾਂ ਹੀ ਪੈਸੇ ਦੇ ਦਿਓ ਜਾ ਕੇ ਪਹਿਲਾਂ ਹੀ ਉਹਨੂੰ ਕਹਦੇ ਬਈ ਇੰਨਾ ਸੀਮਨ ਮੇਰਾ ਰੱਖ ਦੇ ਸਟੋਰ ਕਰਕੇ ਜਾਂ ਆਪਦਾ ਸੀਮਨ ਲਿਆ ਕੇ ਉਹਦੇ ਉੱਤੇ ਸਟੋਰ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਕਿਸੇ ਫਾਰਮ ਵਾਲੇ ਨੂੰ ਕਹਿੰਦੇ ਵੀਰੇ ਮੇਰੇ ਇੰਨਾ ਸੀਮਨ ਲਿਆ ਉਹਨੂੰ ਪੈਸੇ ਨਾ ਫੜਾਓ ਫਿਰ ਵੀ ਡਿਫੀਕਲਟ ਹੋ ਜਾਂਦੀ ਆ 30,000 ਇਕੱਠਾ ਖਰਚ ਕਰਨਾ ਬਹੁਤ ਔਖਾ ਵੀਰੇ ਇਸ ਵੀਰ ਨੇ ਆਪਣੇ ਫਾਰਮ 'ਤੇ ਸੀਮਨ ਲੈ ਕੇ ਰੱਖਿਆ ਸੀਗਾ ਸਾਰਾ ਸੀਮਨ ਇਹਦੀਆਂ ਗਾਵਾਂ ਦੇ ਲੱਗਿਆ ਸਾਰੀਆਂ ਲਗਭਗ 1 ਗਾਂ ਰਿਪੀਟ ਕਰੀ ਸੀ ਇਹਦੀ ਗਾਂ 3,000 ਰੁਪਏ 1 ਗਾਂ ਦੇ ਰਿਪੀਟ ਕਰਨ ਨਾਲ ਖਰਾਬ ਹੋਇਆ ਸੀਗਾ ਬਾਕੀ ਸਾਰੀਆਂ ਗਾਵਾਂ ਹੀ ਕੰਸੀਵ ਕਰ ਗਈਆਂ ਜ਼ਿਆਦਾਤਰ ਕੋਈ ਗਾਂ ਨੇ ਰਿਪੀਟ ਨਹੀਂ ਕਰੇਗੀ ਅਤੇ ਮਗਰ 4 ਬੱਚੀਆਂ ਸੀ ਉਹ ਗਾਹਾਂ ਨਵੀਆਂ ਬੱਚੀਆਂ ਤਿਆਰ ਹੋ ਰਹੀਆਂ ਹੁਣ ਛੋਟੀਆਂ ਬੱਚੀਆਂ ਵੀ ਵਿਚਾਰੇ ਦੇ ਫਾਰਮ 'ਤੇ ਪਹਿਲਾਂ ਉਹ ਦਿਖਾ ਛੋਟੀਆਂ ਬੱਚੀਆਂ ਵੀਰੇ ਯਾਰ ਕਿਹੜੇ ਕਿਹੜੇ ਸੀਮਨ ਦੀਆਂ ਉਹ ਵੀ ਦੱਸ ਦੇ ਮਾੜਾ ਜਿਹਾ ਆਪਾਂ ਨੂੰ ਠੀਕ ਹੈ ਜੀ ਉਹ ਦੇਖਣਾ ਉਹ ਪੇਪਰ ਹੋ ਗਿਆ ਜੀ ਹਾਂ ABS ਦਾ ਹਾਂ ਜੀ ABS ਦਾ ਪੇਪਰ ਹੈ ਜੀ ਇਹ ਛੋਟੀ ਵੈਡ ਆ ਦੇਖੋ ਜੀ ਆਹ ਕਿੰਨੇ ਮਹੀਨਿਆਂ ਦੀ ਵੀਰੇ ਇਹ ਹੈਗੇ 6 ਮਹੀਨਿਆਂ ਦੀ ਹੈਗੀ ਜੀ ਆ 5.5-6 ਮਹੀਨਿਆਂ ਦੀ ਵੈਡ ਆ ਵੀਰ ਕੋਲੇ ਇਹ ਕਿਹੜੇ ਸੀਮਨ ਦੀ ਆ ਇਹ ਸਟ੍ਰਾਈਕਰ ਦੀ ਆ ਜੀ ਇਹ ਸਟ੍ਰਾਈਕਰ ਦੀ ਆ ਦੇਖੋ ਜੀ ABS ਦੇ ਸਟ੍ਰਾਈਕਰ ਦੀ ਆ ਤੇ ਆ ਦੋ ਆ ਬੈਠੀਆਂ ਬੱਚੀਆਂ ਛੋਟੀਆਂ ਇਹਨਾਂ ਦੀ ਕੋਸ਼ਿਸ਼ ਆ ਸੰਦੀਪ ਵੀਰਾ ਕਹਿੰਦਾ ਸੀ ਲਗਭਗ ਦਸੰਬਰ ਦੇ ਵਿੱਚ ਹਨਾ ਹਾਂਜੀ ਦਸੰਬਰ ਦੇ ਵਿੱਚ ਦਸੰਬਰ ਜਨਵਰੀ ਦੇ ਵਿੱਚ ਇਹਨਾਂ ਦੀ AI ਕਰ ਦੇਣੀ ਆ ਜੀ ਦੋਨੇ ਬੱਚੀਆਂ ਦੀ ਹਾਂਜੀ ਤੇ ਬਾਕੀ ਜਿਹੜੀਆਂ ਨਵੀਆਂ ਬੱਚੀਆਂ 4 ਇਸ ਵਾਰ ਗੱਭਣ ਕਰੀਆਂ ਗਈਆਂ ਉਹ ਬੱਚੀਆਂ ਵੀ ਦਿਖਾ ਦਿੰਦੇ ਆ ਵੀਰੇ ਉਹ ਬੱਚੀਆਂ ਦਿਖਾ ਦਿੰਦੇ ਸੁਣੋ ਆ ਬੈਠੀ ਹੈ ਬੱਚੀ ਖੜੀ ਕਰਕੇ ਇੱਕ ਤਾਂ ਇਹ ਬੱਚੀ ਆ ਵੀਰੇ ਸੂਣ ਵਾਲੀ ਆ ਗੱਭਣ ਹੋਈ ਆ ਇਸ ਵਾਰ ਇੱਕ ਉਹ ਆ ਇਹ ਗਾਈਆਂ ਦੇ ਮਗਰ ਆਈਆਂ ਸੀ ਵੀਰੇ ਜੇ ਆਪਾਂ ਬੱਚੀਆਂ ਸਾਹਮਣੇ ਆ ਬੱਚੀ ਦੀ ਗਰੋਥ ਵੀ ਦੇਖੋ ਕਿੰਨੀ ਕਰੀ ਆ ਬੱਚੀ ਨੇ ਜੇ ਆਪਾਂ ਚੰਗਾ ਸਾਈਲੇਜ ਚੰਗੀ ਫੀਡ ਪਾਉਣੇ ਆ ਵੀਰੇ ਫੇਰ ਹੀ ਆ ਫੇਰ ਹੀ ਇਹ ਚੰਗਾ ਦੁੱਧ ਦੇਣੀ ਆ ਜੇ ਇਹ ਕੱਲ੍ਹ ਨੂੰ ਸੇਲ ਵੀ ਕਰਨੀ ਆ ਤਾਂ 1.5 ਲੱਖ ਤੋਂ ਉੱਪਰ ਦੀ ਆ ਇਹ ਬੱਚੀ ਆ ਬੈਠੀ ਆ ਇੱਕ ਬੱਚੀ ਇਹਨਾਂ ਇਹ ਵੀ ਗੱਬਣਾ ਹਾਂਜੀ ਹਾਂ ਇਹ ਵੀ ਗੱਬਣਾ ਜੀ ਇਹ ਵੀ ਠਾ ਕੇ ਦਿਖਾ ਦੇ ਵੀਰੇ ਇੱਕ ਵਾਰੀ ਆ ਬੱਚੀ ਵੀ ਗੱਬਣਾ ਇਹ ਕਿਹੜੇ ਸੀਮਨ ਦੀਆਂ ਪਤਾ ਇਹ ਹਾਂਜੀ ਆਹ ਜੁਪੀਟਰ ਦੀ ਆ ਜੀ ABS ਦੇ ਆਹਾਂ ਤੇ ਇਹ ਟੌਰਸ ਦੀ ਆ ਜੀ ਇਹ ਟੌਰਸ ਦੀ ਆ ਜੁਪੀਟਰ ਦੀ ਆ ਦੋਨਾਂ ਦੇ ਸੈਕਸਡ ਸੀਮਨ ਲੱਗਿਆ ਹੋਇਆ ਦੋਨਾਂ ਦੇ ਰੋਡੀਓ ਸੀਮਨ ਲੱਗਿਆ ਹੋਇਆ ਵੀਰੇ ABS ਦਾ ਹਾਂਜੀ ਇੱਕ ਆਹ ਬੱਚੀ ਹੈ ਨਵੀਂ ਵੀਰ ਦੇ ਜਿਹੜੀ ਗੱਬਣ ਆ ਇੱਕ ਉਹ ਬੱਚੀ ਆ ਗੱਬਣ ਦੋਨੇ ਬੱਚੀਆਂ ਦੇਖ ਲਓ ਵੀਰੇ ਕਿਹੜੇ ਸੀਮਨ ਦੀਆਂ ਦੋਨੇ ਇਹ 40-120 ਦੀਆਂ ਦੋਨੇ ਜੀ ਇਹ ਦੋਨੇ ਡੈਨਮਾਰਕ ਦੀਆਂ ਇਹ ਹਾਂਜੀ ਇਹ ਦੋਨੇ ਬੱਚੀਆਂ ਦੇਖੋ ਜੀ ਕਿੰਨੀ ਵਧੀਆ ਗਰੋਥ ਆ ਦੋਨੇ ਬੱਚੀਆਂ ਦੀ ਇਹਨਾਂ ਨੇ ਵੀ ਦਸੰਬਰ 'ਚ ਜਾ ਕੇ ਸੂਣਾ ਨਵੰਬਰ ਦੇ ਵਿੱਚ ਸੂਣਾਗਾ ਦੋਨੇ ਬੱਚੀਆਂ ਨੇ ਜਾ ਕੇ ਹੁਣ ਵੀ ਹਾਈਟ ਬਹੁਤ ਵਧੀਆ ਇਹ 40-120 ਦੇ ਸੀਮਨ ਦੀਆਂ ਇਹਨਾਂ ਦੇ ਵੀ ਸੈਕਸਡ ਸੀਮਨ ਭਰਿਆ ਹੋਇਆ ਹੈਗਾ ਹੁਣ ਜੇ ਆਪਾਂ ਵੀਰ ਨੂੰ ਅਸੀਂ ਵੀ ਬੇਨਤੀ ਕਰੀ ਸੀ ਹੋਰ ਫਾਰਮਾਂ 'ਤੇ ਵੀ ਜਾ ਕੇ ਆਇਆ ਹੈਗਾ ਇੱਕ ਤਾਂ ਸੀਮਨ ਵਧੀਆ ਕੁਆਲਿਟੀ ਦਾ ਲਾਓ ਇਹ ਲਾਉਣਾ ਚਾਹੀਦਾ ਆਪਾਂ ਨੂੰ ਫਾਰਮ ਦੇ ਉੱਪਰ ਵੀਰ ਨੇ ਲਾਇਆ ਵੀ ਆ ਤੂੰ ਤੇ ਰਿਜ਼ਲਟ ਵੀ ਵਧੀਆ ਲਏ ਆ ਵੀਰੇ ਹਾਂਜੀ ਰਿਜ਼ਲਟ ਆਪਾਂ ਨੂੰ ਬਹੁਤ ਜੇ ਮਾਣ ਦੁੱਧ ਵੀ ਤੇਰਾ ਹਰ ਸਾਲ ਵਧਿਆ ਹੀ ਆ ਹਾਂਜੀ ਹਾਂ ਦੁੱਧ ਆਪਣਾ ਅੱਗੇ ਨੂੰ ਆਪ ਹੀ ਹੋਇਆ ਜੀ ਜਿੰਨਾ ਪਿਛਲੇ ਸਾਲ ਸੀ ਉਹਨਾਂ ਜੇ ਪਿਛਲੇ ਸਾਲ ਜੀ ਆਪਣੇ ਕੋਲ ਸੀਗਾ ਸਰਦੀ 'ਚ ਸੀਗਾ 1 ਕੁਇੰਟਲ 20 ਕਿਲੋ ਅਤੇ ਗਰਮੀ 85 ਕਿਲੋ ਰਹਿ ਗਿਆ ਸੀਗਾ ਜੀ ਠੀਕ ਆ ਜੀ ਹੁਣ ਇਹ ਕੁਇੰਟਲ ਵਾਂਗੂ ਦੁੱਧ ਵੱਧ ਗਿਆ ਜੀ ਵੀਰ ਕੋਲੇ ਇਸ ਸਾਲ ਆ ਪਿਛਲੇ ਸਾਲ ਗਾਈਆਂ ਵੀ ਘੱਟ ਸੀਗੀਆਂ ਗਾਈਆਂ ਵੀ ਵਧੀਆ ਦੁੱਧ ਦੇ ਗਾਈ ਵੀਰ ਨੇ ਨਹੀਂ ਕੋਈ ਸੇਲ ਕਰੀ ਨਾ ਹੈ ਜਿੰਨੀਆਂ ਗਾਵਾਂ ਖਰੀਦੀਆਂ ਸੀ ਉਨੀਆਂ ਗਾਂ ਬਾਈ ਕੋਲੇ ਹੈਗੀਆਂ ਇੱਕ ਜਰਸੀ ਗਾਂ ਲੈ ਕੇ ਆਇਆ ਸੀ ਵੀਰ ਉਹ ਸੇਲ ਕਰੀ ਆ ਹਨਾ ਹਾਂਜੀ ਉਹ ਜਰਸੀ ਗਾਂ ਆਪਾਂ ਸੇਲ ਕਰਤੀ ਸੀਗੀ ਉਹ ਠੀਕ ਹੈ ਫਿਰ ਵੀਰ ਦੇ ਇੱਥੇ ਪੱਖਾ ਵੀ ਲਾਇਆ ਹੋਇਆ ਦੇਖੋ ਜੀ ਸ਼ੈੱਡ ਦੇ ਵਿੱਚ ਬਾਕੀ ਵੀਰ ਮੈਨੂੰ ਦੱਸ ਰਿਹਾ ਸੀਗਾ ਵੀ 2 ਪੱਖੇ ਨੈਸਲੇ ਵੱਲੋਂ ਆਰਡਰ ਕਰੇ ਹੋਏ ਆ ਆਹ ਹਫ਼ਤੇ ਦੇ ਵਿੱਚ ਜਾਂ 10 ਦਿਨਾਂ 'ਚ ਉਹ ਪੱਖੇ ਵੀ ਆ ਜਾਣਗੇ ਉਹ ਵੀ ਸ਼ੈੱਡ 'ਤੇ ਲਾ ਦੇਵਾਂਗੇ ਜੇ ਆਪਾਂ ਜਾਲੀ ਲਾਉਣੇ ਆ ਬਾਉਂਡਰੀ ਦੇ ਉੱਤੇ ਤਾਂ ਬਹੁਤ ਵਧੀਆ ਰਹਿੰਦੀ ਹੈ ਜਿਵੇਂ ਇਹਨੇ ਚਾਰੇ ਪਾਸੇ ਲਵੀ ਐਨੀਮਲ ਨਾ ਬਾਹਰ ਜਾਣ ਜਾਲੀ ਲਾ ਦਿੱਤੀ ਇੱਕ ਵੱਖਰੀ ਗੱਲ ਆ ਉਦੋਂ ਬਾਅਦ ਇੱਕ ਹੋਰ ਚੀਜ਼ ਦੇਖੋ ਤੁਸੀਂ ਜਾਲੀ ਇੱਕ ਤਾਂ ਵੈਸੇ ਲਾ ਦੇਣੀ ਆ ਉਦੋਂ ਬਾਅਦ ਜਾਲੀ ਨੂੰ ਆਪਾਂ ਨੱਥਣਾ ਗਾ ਜਾਲੀ ਨੂੰ ਆਪਾਂ ਥੱਲੇ ਐਂਗਲ ਲਾ ਕੇ ਲਵੀ ਹਿੱਲੇ ਨਾ ਲਵੀ ਐਨੀਮਲ ਥੱਲੇ ਦੀ ਮੂੰਹ ਨਾ ਪਾ ਲੈਣਾ ਆ ਦੇਖੋ ਐਂਗਲ ਲਾਈ ਹੋਈ ਆ ਵੀਰ ਨੇ ਇੱਥੇ ਇਹ ਐਂਗਲ ਬਾਅਦ 'ਚ ਬੈਲਟ ਕਰੀਏ ਲਵੀ ਥੱਲੇ ਦੀ ਐਨੀਮਲ ਲੰਘ ਜਾਂਦੇ ਆ ਮੂੰਹ ਪਾ ਲੈਂਦੇ ਅਤੇ ਜਾਲੀ ਖਰਾਬ ਹੋ ਜਾਂਦੀ ਹੈ ਅਤੇ ਆਪਾਂ ਵੀਰ ਯਾਰ ਕਈ ਫਾਰਮਰ ਵਾਲੇ ਪੁੱਛਦੇ ਹੁੰਦੇ ਵੀਰ ਜਾਲੀ ਕੀ ਰੇਟ ਮਿਲੀ ਸੀ ਤੈਨੂੰ ਇਹ ਜਾਲੀ ਲੈ ਕੇ ਆਇਆ 5 ਫੁੱਟ ਦੀ ਉਚਾਈ ਹੈ ਜੀ ਹਾਂਜੀ 5 ਫੁੱਟ ਦੀ ਉਚਾਈ ਹੈ ਜੀ ਇਹਦੀ ਅਤੇ ਕੀ ਰੇਟ ਮਿਲੀ ਸੀ ਜਾਲੀ ਵੀਰੇ ਇਹ ਕਿਲੋ ਦੇ ਹਿਸਾਬ 'ਤੇ ਮਿਲੀ ਸੀ 100 ਰੁਪਏ ਕਿਲੋ ਦੇ ਹਿਸਾਬ 'ਤੇ ਮਿਲੀ ਸੀ ਅਤੇ 50 ਫੁੱਟ ਦਾ ਮੰਡਲ ਹੁੰਦਾ ਗਾ ਅਤੇ ਉਹ 5,000 ਰੁਪਏ ਦਾ ਆਪਣੂੰ ਪਿਆ ਸੀਗਾ ਇੱਕ ਅਤੇ 1 ਫੁੱਟ ਦੇ ਵਿੱਚ 1 ਕਿਲੋ ਆ ਜਾਂਦੀ ਹੈ 5 ਫੁੱਟ 'ਚ ਕਿਲੋ ਚੜ ਜਾਂਦੀ ਹੈ ਹਾਂਜੀ ਮਤਲਬ ਕਿ 50 ਫੁੱਟ 5,000 ਦੀ ਇਹ 50 ਫੁੱਟ ਕਵਰ ਕਰਿਆ ਏਰੀਆ 5,000 ਨਾਲ ਵੀਰੇ ਇਹਨੇ ਹਾਂਜੀ ਕਿ ਕਈ ਵੀਰ ਕਹਿੰਦੇ ਛੱਪਰ ਪਾਉਣਾ ਛੱਪਰ ਵੀ ਪਾ ਲਓ ਉਹ ਵੀ ਆਪਦੀ ਜੇਬ ਦੇ ਹਿਸਾਬ ਨਾਲ ਖਰਚਾ ਕਰੋ ਵੀਰੇ ਐਨੀਮਲ ਵੀ ਤੁਹਾਡੇ ਕੋਲੇ ਵਧੀਆ ਹੋਣੇ ਚਾਹੀਦੇ ਆ ਦੁੱਧ ਵੀ ਚੰਗਾ ਹੋਣਾ ਚਾਹੀਦਾ ਜੇ ਆਪਾਂ ਪਹਿਲਾਂ ਹੀ ਸਾਰਾ ਖਰਚਾ ਸ਼ੈੱਡ ਤੇ ਕਰ ਲੈਂਦੇ ਹਾਂ ਅਤੇ ਮੁੜ ਕੇ ਆਪਾਂ ਨੂੰ ਦੁੱਧ ਪੂਰਾ ਹੁੰਦਾ ਨਹੀਂ ਆਪਣੇ ਤੋਂ ਖਰਚੇ ਵਾਲੇ ਹੋ ਜਾਂਦੇ ਆ ਹੁਣ ਵੀਰ ਨੇ ਸ਼ੈੱਡ ਤੇ ਖਰਚਾ ਕਰਿਆ ਸੀਗਾ ਉਸ ਤਾਂ ਵੀਰ ਮੈਨੂੰ ਇੱਕ ਗੱਲ ਹੋਰ ਦੱਸ ਯਾਰ ਮੈਂ ਭੁੱਲ ਗਿਆ ਸੀਗਾ ਹਾਂਜੀ
ਜਿਹੜਾ ਆਪਣਾ ਖਰਚਾ ਕਰਾ ਤੂੰ ਸ਼ੈੱਡ ਤੋਂ, ਜਿਵੇਂ ਪਹਿਲਾਂ ਤੁਸੀਂ ਮਸ਼ੀਨ ਲਿਆਂਦੀ ਸੀ, ਹੋਰ ਲਿਆਂਦੀ ਸੀ, ਉੱਧਰ ਸ਼ੈੱਡ ਬਣਾਇਆ ਸੀ, ਉਹ ਤਾਂ ਦੁੱਧ ਦੇ ਖਰਚੇ ਨਾਲ ਹੀ ਕਵਰ ਕਰ ਲਿਆ ਸੀ। ਇਹ ਹੁਣ 5 ਲੱਖ ਸਾਰੇ ਇਹ ਦੁੱਧ ਤੁਸੀਂ ਕੱਢ ਕੇ ਲਾਇਆ ਜਾਂ ਆਪਦੇ ਕੋਲੋਂ ਘਰੋਂ ਵੀ ਇਨਵੈਸਟਮੈਂਟ ਕਰੀ ਹੈ? ਹਾਂਜੀ, ਜੇ ਮੰਨ ਲਓ ਜੀ ਹੁਣ ਆਪਾਂ ਨੂੰ ਸਮਾਂ ਥੋੜਾ ਹੋਇਆ ਸੀਗਾ ਜੀ, ਦੋ ਸਾਲ ਦੋ ਢਾਈ ਸਾਲ ਹੀ ਹੋਏ ਇਹ ਕੰਮ 'ਚ, ਤੇ ਇੱਧਰ ਹੈਡ ਆਏ ਨੂੰ ਇੰਨੇ ਪੈਸੇ ਸੋਚੋ ਵੀ ਇਕੱਠੇ ਕਰਨੇ ਬਹੁਤ ਔਖੇ, ਕਿਉਂਕਿ ਵਿੱਚ ਬੱਚੀਆਂ ਹੀ ਪਾਲੀਆਂ ਗਈਆਂ। ਬਿਲਕੁਲ, ਥੋੜੇ ਬਹੁਤੇ ਪੈਸੇ ਆਪਾਂ ਘਰੋਂ ਵੀ ਲਾਏ ਆਈਏ। ਬਿਲਕੁਲ ਬਿਲਕੁਲ, ਕਿਉਂ ਲਾਉਣੇ ਪੈਂਦੇ ਆ ਵੀਰੇ, ਜੇ ਤੁਸੀਂ ਸ਼ੈੱਡ ਬਣਾਉਣਾ ਘਰੋਂ ਪੈਸੇ ਲਾਓ, ਕੋਈ ਗੱਲ ਨਹੀਂ ਉਹਦੇ ਹਿਸਾਬ ਨਾਲ ਤੁਹਾਡਾ ਕੰਮ, ਜੇ ਆਪਾਂ ਇਨਵੈਸਟਮੈਂਟ ਨਹੀਂ ਕਰਾਂਗੇ ਤਾਂ ਆਪਣਾ ਕੰਮ ਕਿਵੇਂ ਚਲਾਵਾਂਗੇ ਵੀਰੇ? ਜਿਵੇਂ ਹੁਣ ਵੀਰ ਦਾ ਕੰਮ ਚੱਲ ਪਿਆ, ਇੰਨੇ ਐਨੀਮਲ ਹੋ ਗਏ, ਕੱਲ੍ਹ ਨੂੰ ਐਤਗਿਆਰ ਵੀਰ ਕੋਲ ਲੋਨ ਕੋਈ ਨਹੀਂ, ਕੁਛ ਨਹੀਂ ਲਿਆ ਵੀਰ ਨੇ, ਜੇ ਲੋਨ ਲੈ ਕੇ ਕੰਮ ਵੀ ਚਲਾਉਣਾ ਚਾਹੁੰਦਾ ਤਾਂ ਕੰਮ ਹੋਰ ਵੀ ਡਿਵੈਲਪ ਹੋ ਜਾਊਗਾ। ਕਿਉਂ, ਇੱਕ ਤਾਂ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕੰਮ ਦੀ, ਜੇ ਤੁਹਾਨੂੰ ਨਹੀਂ ਜਾਣਕਾਰੀ ਤੁਸੀਂ ਫਾਰਮ ਅਟੈਂਡ ਕਰੋ, ਕਿਤੇ ਜਾਓ ਉਦੋਂ ਨੌਲੇਜ ਕ੍ਰੀਏਟ ਕਰੋ। ਇਹ ਵੀਰ ਟ੍ਰੇਨਿੰਗ ਵੀ ਲਿਆ ਵੀਰੇ, ਹੈ ਨਾ? ਟ੍ਰੇਨਿੰਗ ਵੀ ਲੈ ਕੇ ਆਈ ਆਪਾਂ ਗਿੱਲਾਂ ਤੋਂ, ਇਹ ਵੀਰ ਨੇ ਗਿੱਲਾਂ ਤੋਂ ਡੈਰੀ ਡਿਪਾਰਟਮੈਂਟ ਤੋਂ ਥਰੂ ਟ੍ਰੇਨਿੰਗ ਵੀ ਲਈ ਹੈ। ਜੇ ਆਪਾਂ ਟ੍ਰੇਨਿੰਗ ਲਈ ਹੋਵੇ ਵੀਰ, ਆਪਣੇ ਕੋਲ ਸਰਟੀਫਿਕੇਟ ਹੋ ਜੇ, ਜੇ ਕੋਈ ਸਬਸਿਡੀ ਵਗੈਰਾ ਆਉਂਦੀ ਹੈ, ਜੇ ਐਨੀਮਲ ਦਾ ਬੀਮਾ ਵਗੈਰਾ ਕਰਾਉਣਾ, ਤਾਂ ਉਹ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਆ ਤੁਹਾਡੇ ਕੋਲੇ। ਜੀ ਵੀਰ ਜੀ, ਹੁਣ ਤੁਸੀਂ ਐਂ ਦੇਖੋ, ਆ ਵੀਰ ਨੇ ਇੰਨੇ ਐਨੀਮਲ ਤਿਆਰ ਕਰ ਲਏ, ਜਦੋਂ ਮੈਂ ਵੀਰ ਕੋਲੇ ਆਉਣ ਲੱਗਿਆ ਸੀ, ਵੀਰ ਕੋਲੇ ਇੱਕ ਗਾਂ ਸੀਗੀ, 4-5 ਮੱਝਾਂ ਸੀਗੀਆਂ ਵੀਰ ਕੋਲੇ, ਉਹਦੇ ਅਕੋਰਡਿੰਗ ਦੇਖੋ ਵੀਰ ਨੇ, ਅੱਜ ਇਹਦੇ ਕੋਲੇ 15 ਐਨੀਮਲ ਹੋ ਗਏ। ਆਹ ਵੀਰ ਦੀ ਪ੍ਰੋਪਰਟੀ ਹੈ ਜਿਹੜੀ ਇਹਨੇ ਤਿਆਰ ਕਰ ਲਈ ਇੱਥੇ, ਆਹ ਦੇਖੋ ਇੰਨੇ ਐਨੀਮਲ ਆ। ਮੈਨੂੰ ਪਤਾ ਹਰ ਗਾਂ ਜਿਹੜੀ ਇਹਦੀ ਆ 30+ ਦੁੱਧ ਦੇਊਗੀ, ਜਿੰਨੀਆਂ ਗਾਵਾਂ, 30 ਤੋਂ ਘੱਟ ਕਿਸੇ ਗਾਂ ਨੇ ਦੁੱਧ ਨਹੀਂ ਦੇਣਾ ਵੀਰੇ। ਗਾਹਾਂ ਜਿਹੜੀਆਂ ਬੱਚੀਆਂ ਆਉਣਗੀਆਂ ਉਹ 35-40 ਤੋਂ ਉੱਪਰ ਹੋਣਗੀਆਂ, ਜਿੰਨੀਆਂ ਬੱਚੀਆਂ ਇਹਦੇ ਕੋਲ, ਇਹ ਜਿਹੜੀਆਂ ਹੁਣ ਸੈਕਸਡ ਸੀਮਨ ਲਾਇਆ, ਸਾਰੀਆਂ ਇਹਦੀਆਂ 40+ ਹੋਣਗੀਆਂ। ਫਿਰ ਆਪਣਾ ਮਨ ਵੀ ਖੁਸ਼ ਹੁੰਦਾ ਜੇ ਕੋਈ ਬਾਈ ਤਰੱਕੀ ਕਰਦਾ, ਕਿਉਂ ਡੈਰੀ ਦਾ ਕੰਮ ਇਹੋ ਜਿਹਾ ਵੀਰੇ, ਹੱਬ ਬਣ ਜੇ ਨਾ ਕਿਤੇ ਡੈਰੀ ਦੀ, ਉੱਥੇ ਡਿਵੈਲਪਮੈਂਟ ਜ਼ਿਆਦਾ ਹੀ ਹੋਊਗੀ ਡੈਰੀ ਦੀ, ਉੱਥੇ ਜ਼ਿਆਦਾ ਏਜੰਸੀਆਂ ਆਉਣਗੀਆਂ, ਜ਼ਿਆਦਾ ਦੁੱਧ ਚੱਕਣ ਵਾਲੇ ਆਉਣਗੇ, ਸਾਰਾ ਪ੍ਰੋਗਰਾਮ ਉਸ ਹਿਸਾਬ ਨਾਲ। ਕਿਉਂ, ਇਸ ਵਾਰ ਡੈਰੀ ਵਾਲਿਆਂ ਨੇ ਔਖਾਈ ਵੀ ਬਹੁਤ ਝੱਲੀ ਹੈ ਵੀਰੇ ਇਸ ਸਾਲ, ਕਿਉਂ ਦੁੱਧ ਦੇ ਰੇਟ ਘੱਟ ਸੀ, ਫੀਡਾਂ ਦੇ ਰੇਟ ਜ਼ਿਆਦਾ ਹੋ ਗਏ ਸੀਗੇ, ਹੁਣ ਦੁੱਧ ਦੇ ਰੇਟ ਵਧਣ ਲੱਗੇ ਆ ਥੋੜ੍ਹੇ ਥੋੜ੍ਹੇ, ਹੁਣ ਜਿਉਂ ਜਿਉਂ ਅੱਪ ਹੋਈ ਜਾਣਗੇ ਦੁੱਧ ਦੇ ਰੇਟ, ਫੀਡ ਦਾ ਮਟੀਰੀਅਲ ਦਾ ਰੇਟ ਥੋੜ੍ਹਾ ਜਿਹਾ ਘੱਟ ਜੇ, ਫਿਰ ਆਪਣਾ ਬੈਲੈਂਸ ਕਰਨਾ ਆਪਾਂ ਨੂੰ ਸੌਖਾ ਹੋ ਜਾਂਦਾ ਗਾ, ਅਤੇ ਨਹੀਂ ਤਾਂ ਵਿੱਚ ਵਿੱਚ ਕਈ ਫਾਰਮਰਾਂ ਨੂੰ ਬਹੁਤ ਤਕਲੀਫ ਆਈ ਆ, ਕਿਉਂ ਕਈ ਫਾਰਮਰਾਂ ਦੇ ਜ਼ਿਆਦਾਤਰ ਜਿਨ੍ਹਾਂ ਦੇ ਐਨੀਮਲ ਰਿਪੀਟ ਹੋ ਜਾਂਦੇ ਆ, ਅਤੇ ਦੁੱਧ ਵਾਲੇ ਐਨੀਮਲ ਘੱਟ ਜਾਂਦੇ ਆ ਅਤੇ ਦੂਜੇ ਐਨੀਮਲ ਵੱਧ ਜਾਂਦੇ ਆ, ਉਹਨਾਂ ਨੂੰ ਸਰਵਾਈਵ ਕਰਨਾ ਬਹੁਤ ਔਖਾ ਗਾ। ਜੇ ਆਪਣੇ ਕੋਲ ਦੁੱਧ ਵਾਲੇ ਐਨੀਮਲ ਸਾਰੇ ਹੈਗੇ ਆ, ਫਿਰ ਤਾਂ ਆਪਣਾ ਫਾਰਮ ਵਧੀਆ ਚੱਲਦਾ। ਜਿਵੇਂ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਦਾ, ਉਹਦੇ ਐਨੀਮਲ 50% ਜੇ ਰਿਪੀਟ ਕਰ ਗਏ ਤਾਂ ਅਗਲੇ ਸਾਲ ਉਹਦਾ ਲੋਸ 'ਚ ਹੀ ਜਾਊਗਾ, ਉਹ ਪ੍ਰੋਫਿਟ 'ਚ ਨਹੀਂ ਜਾ ਸਕਦਾ ਵੀਰੇ। 1-2% ਐਨੀਮਲ ਤਾਂ ਰਿਪੀਟ ਕਰ ਜਾਂਦੇ ਆ, ਜੇ ਕੋਈ ਵੱਡਾ ਫਾਰਮ ਆ ਉੱਥੇ 5% ਵੀ ਐਨੀਮਲ ਰਿਪੀਟ ਕਰ ਗਏ ਤਾਂ ਵੀ ਉਹ ਸਰਵਾਈਵ ਕਰ ਲੂਗਾ। ਜੇ ਜ਼ਿਆਦਾ ਪਰਸੈਂਟੇਜ ਆਪਣੇ ਐਨੀਮਲ ਰਿਪੀਟ ਕਰ ਗਏ, ਆਪਾਂ ਨੂੰ ਫਾਰਮ ਪਹੁੰਚਾਉਣਾ ਬਹੁਤ ਔਖਾ। ਅੱਜ ਦੀ ਘੜੀ ਦੇ ਵਿੱਚ ਠੀਕ ਆ, ਵੀਰ ਨੇ ਕੰਮ ਬਹੁਤ ਵਧੀਆ ਸਟੈਂਡ ਕਰਿਆ ਹੈਗਾ, ਵਧੀਆ ਕਮਾਈ ਕਰ ਰਿਹਾ ਵੀਰ, ਪਰ ਅੱਜ ਦੀ ਘੜੀ ਦੇ ਵਿੱਚ ਉਨੀ ਬੱਚਤ ਨਹੀਂ ਹੋ ਰਹੀ ਡੈਰੀ 'ਚੋਂ ਜਿੰਨੀ ਬੱਚਤ ਹੋਣੀ ਚਾਹੀਦੀ ਆ। ਕਿਉਂ, ਹੁਣ ਥੋੜ੍ਹਾ ਜਿਹਾ ਰੇਟ ਵਧਿਆ, ਹੁਣ ਥੋੜ੍ਹੀ ਜਿਹੀ ਆਮਦਨ ਜ਼ਿਆਦਾ ਆਉਣ ਲੱਗੀ ਆ, ਇਦੋਂ ਪਹਿਲਾਂ ਦਾ ਰੇਟ ਹੁਣ ਮੁੱਲਾਂ ਦਾ ਸੰਦੀਪ 2 ਰੁਪਏ ਦਾ ਫਰਕ ਪੈ ਗਿਆ ਹੁਣ। ਹਾਂਜੀ, 2-2.5 ਰੁਪਏ ਫਰਕ ਪਿਆ। ਹਾਂ, 2-2.5 ਰੁਪਏ ਦਾ ਹੁਣ ਰੇਟ ਦਾ ਫਰਕ ਪਿਆ ਗਾ, ਉਦੋਂ ਬਾਅਦ ਹੋਰ ਰੇਟ ਦਾ ਫਰਕ ਪੈ ਜਾਣਾ ਗਾ, ਅਤੇ ਫੀਡ ਦਾ ਰੇਟ ਥੋੜ੍ਹਾ ਜਿਹਾ ਹੋਰ ਘੱਟ ਜੇ। ਬਾਕੀ ਜਿਹੜੇ ਬ੍ਰਾਂਡਡ ਕੰਪਨੀਆਂ ਹੁੰਦੀਆਂ ਉਹ ਛੇਤੀ ਛੇਤੀ ਫੀਡ ਦਾ ਰੇਟ ਵਧਾ ਤਾਂ ਦਿੰਦੀਆਂ, ਘਟਾਉਂਦੀਆਂ ਨਹੀਂ। ਹਾਂਜੀ, ਘਟਾਉਂਦੀਆਂ ਨਹੀਂ ਛੇਤੀ। ਜਿਵੇਂ ਕਾਰਗਿਲ ਹੋ ਗਈ, ਅਸ਼ੀਸ਼ ਹੋ ਗਈ, ਜੇ ਮਟੀਰੀਅਲ ਦਾ ਰੇਟ ਘੱਟਦਾ ਗਾ, ਇਹਨਾਂ ਨੂੰ ਆਪਦੇ ਰੇਟ ਵੀ ਘਟਾਉਣੇ ਚਾਹੀਦੇ ਆ ਨਾਲ ਦੀ ਨਾਲ। ਇਹ ਆਪਾਂ ਬੇਨਤੀ ਵੀ ਕਰਦੇ ਹਾਂ ਫੀਡ ਵਾਲਿਆਂ ਨੂੰ, ਬਾਈ ਜਦੋਂ ਮਟੀਰੀਅਲ ਦਾ ਰੇਟ ਘੱਟ ਜਾਂਦਾ ਤੁਸੀਂ ਵੀ ਰੇਟ ਘਟਾਇਆ ਕਰੋ। ਬਾਕੀ ਜੇ ਕੋਈ ਸ਼ੈੱਡ ਪਾ ਕੇ ਤਰੱਕੀ ਕਰਦਾ, ਬਹੁਤ ਖੁਸ਼ੀ ਦੀ ਗੱਲ ਆ। ਹੁਣ ਸੰਦੀਪ ਸਾਨੂੰ ਇੱਕ ਗੱਲ ਇਹ ਦੱਸ ਦੇ, ਤੂੰ ਸ਼ੈੱਡ ਪਾ ਲਿਆ, ਉੱਧਰ ਵੀ ਤੇਰੇ ਐਨੀਮਲ ਰੱਖੇ ਹੋਏ ਸੀਗੇ, ਹਾਂਜੀ, ਇੱਧਰ ਤੂੰ ਸ਼ੈੱਡ ਪਾ ਲਿਆ, ਸ਼ੈੱਡ ਨਾਲ ਤੇਰੇ ਕੰਮ ਦਾ ਕੋਈ ਫਰਕ ਪੈ ਗਿਆ ਤੈਨੂੰ, ਕੋਈ ਐਂ ਲੱਗਦਾ ਸੌਖਾ ਸ਼ੈੱਡ ਪਾਇਆ? ਹਾਂਜੀ, ਕੰਮ ਬਹੁਤ ਸੌਖਾ ਹੋਇਆ ਜੀ ਪਹਿਲਾਂ ਆਪਾਂ ਨੂੰ, ਪਹਿਲਾਂ ਨਾਲੋਂ, ਪਹਿਲਾਂ ਜਗ੍ਹਾ ਥੋੜ੍ਹੀ ਹੁੰਦੀ ਸੀ, ਪਸ਼ੂ ਜ਼ਿਆਦਾ ਹੁੰਦੇ ਸੀ, ਠੀਕ ਹੈ, ਅਤੇ ਪਸ਼ੂ ਨੂੰ ਬੈਠਣਾ ਖੜ੍ਹਨਾ ਵੀ ਔਖਾ ਹੁੰਦਾ ਸੀ, ਅਤੇ ਦੁੱਧ 'ਚ ਵੀ ਪਸ਼ੂ, ਕਿਉਂਕਿ ਜੋ ਮੰਨ ਲਾ ਦੁੱਧ ਵਾਲਾ ਪਸ਼ੂ ਜੀ ਉਹ ਥੋੜ੍ਹਾ ਜ਼ਿਆਦਾ ਖੁੱਲ੍ਹਾ ਥਾਂ ਭਾਲਦਾ ਜੀ, ਕੱਚਾ ਵੀ ਭਾਲਦਾ ਜੀ, ਉੱਧਰ ਪੱਕਾ ਆ ਗਿਆ ਸਾਰਾ ਜਗ੍ਹਾ ਜੀ, ਇਹਦੇ ਪਸ਼ੂ ਨੂੰ ਕੱਚੀ ਜਗ੍ਹਾ ਵੀ ਮਿਲੀ ਹੈ ਜੀ। ਵੈਰੀ ਗੁੱਡ, ਕਿਉਂ ਪਸ਼ੂ ਜਿੱਥੇ ਰਿਲੈਕਸ ਰਹੂਗਾ ਉੱਥੇ ਦੁੱਧ ਵੀ ਖੁੱਲ੍ਹਾ ਦੇਊਗਾ ਉਹ। ਕਿਉਂ ਦੇਖੋ ਵੀਰੇ, ਗਰਮੀ ਵੀ ਇੰਨੀ ਆ, ਹੁਣ ਵੀ ਪਸ਼ੂ ਇਹਦੇ ਕੋਲੇ 40 ਦੇ ਨੇੜੇ, ਇੱਕ ਗਾਂ 40 ਦੇ ਹੀ ਜਾਂਦੀ ਆ, 2 ਗਾਵਾਂ 35 ਦੇ ਚੱਲੀ ਜਾਂਦੇ ਆ ਵੀਰ ਕੋਲੇ, ਘੱਟ ਤੋਂ ਘੱਟ ਜਿਹੜੀ ਦੁੱਧ ਕੱਢ ਰਹੀ ਹੈ ਵੀਰ ਕੋਲੇ ਮੇਰੇ ਹਿਸਾਬ ਨਾਲ 25 ਕਿਲੋ ਆ, ਹੈ ਨਾ? ਹਾਂਜੀ, 25 ਕਿਲੋ, ਉਹ ਵੀ ਉਹ ਤੁਹਾਨੂੰ ਗਾਂ ਦੱਸੀ ਸੀਗੀ ਪਿਛਲੀ ਵੀਡੀਓ 'ਚ ਵੀ, ਉਹ ਗਾਂ ਆਪਣੇ ਕੋਲ ਬੱਚਾ ਹਿੱਟ ਗਈ ਸੀਗੀ 40 ਦਿਨ ਪਹਿਲਾਂ। ਹਾਂ, ਉਹ ਗਾਂ ਪਹਿਲਾਂ ਸੂਪੀ ਸੀ, ਉਹਦੇ ਅਕੋਰਡਿੰਗ ਫਿਰ ਵੀ ਉਹ 25 ਲੀਟਰ ਦੁੱਧ 'ਤੇ ਚੱਲੀ ਜਾਂਦੀ ਹੈ, ਨਹੀਂ ਬਾਕੀ ਸਾਰੀਆਂ ਗਾਵਾਂ 30+ ਆ ਵੀਰ ਕੋਲੇ ਹੁਣ ਇਸ ਟਾਈਮ ਵੀ ਦੁੱਧ 'ਤੇ ਚੱਲ ਰਹੀਆਂ। ਵੀਰ ਜੀ, ਅੱਜ ਆਪਾਂ ਸੰਦੀਪ ਦੇ ਫਾਰਮ 'ਤੇ, ਸੰਦੀਪ ਦੇ ਨਵੇਂ ਸ਼ੈੱਡ 'ਤੇ ਵੀਡੀਓ ਕਰੀ ਹੈ। ਪੁਰਾਣੇ ਸ਼ੈੱਡ ਦੇ ਵਿੱਚ ਵੀਰ ਨੇ ਮੱਝਾਂ ਖੁੱਲ੍ਹੀਆਂ ਰੱਖੀਆਂ ਹੋਈਆਂ ਗੀਆਂ।